ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਕ੍ਰਿਸ਼ਨ ਸਿੰਘ ਸੋ ਚਰਚਾ ਕਰ ਰਹੇ ਹਾਂ ਸਿਆਸਤ ਦਾ ਸ਼ੁੱਕਰਵਾਰ ਸੋ ਕਰੋਨਾ ਕਾਲ ਹੈ ਕਰੋਨਾ ਸੰਕਟ ਹੈ ਪਰ ਸਿਆਸਤਦਾਨ ਕਿਸ ਕਦਰ ਇਸ ਮਸਲੇ ਤੇ ਲੜ ਰਹੇ ਨੇ ਇੱਕ ਦੂਜੇ ਖਿਲਾਫ ਬਿਆਨਬਾਜ਼ੀ ਹੈ ਇਸ ਮਸਲੇ ਤੇ ਅਸੀਂ ਚਰਚਾ ਕਰਾਂਗੇ ਇਸ ਬੁਲੇਟਿਨ ਦੇ ਵਿੱਚ ਕਰੋਨਾ ਕਾਲ ਵਿਚਾਲੇ ਪੰਜਾਬ ਅੰਦਰ ਅੱਜ ਸਿਆਸਤ ਦਾ ਸ਼ੁੱਕਰਵਾਰ ਹੈ ਕੇਂਦਰ ਦੇ ਫੰਡ ਨੂੰ ਲੈ ਕੇ ਸੂਬਾ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਆਹਮੋ ਸਾਹਮਣੇ ਹੋ ਚੁੱਕੀ ਹੈ ਪੰਜਾਬ ਕਾਂਗਰਸ ਵੱਲੋਂ ਘਰਾਂ ਤੇ ਤਿਰੰਗਾ ਲਹਿਰਾਉਣ ਦੀ ਅਪੀਲ ਕੀਤੀ ਗਈ ਸੀ ਜਿਸ ਦਾ ਜਵਾਬ ਪੰਜਾਬ ਬੀਜੇਪੀ ਦੇ ਆਗੂ ਵਰਤ ਰੱਖ ਕੇ ਦੇ ਰਹੇ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਤਰੁਣ ਚੁੱਗ ਅਤੇ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਜਾਣਕਾਰੀ ਦਿੱਤੀ ਤੇ ਇਲਜ਼ਾਮ ਲਗਾਇਆ ਕਿ ਕੇਂਦਰ ਵੱਲੋਂ ਜਾਰੀ ਮਦਦ ਨੂੰ ਪੰਜਾਬ ਸਰਕਾਰ ਜ਼ਰੂਰਤਮੰਦ ਲੋਕਾਂ ਤੱਕ ਪਹੁੰਚਾਉਣ ਦੇ ਵਿੱਚ ਨਾਕਾਮ ਸਾਬਤ ਹੋਈ ਹੈ ਜਦਕਿ ਪੰਜਾਬ ਕਾਂਗਰਸ ਕੇਂਦਰ ਤੇ ਉਲਟਾ ਵਿਤਕਰਾ ਕਰਨ ਦਾ ਇਲਜ਼ਾਮ ਲਗਾ ਰਹੀ ਹੈ ਜੋ ਕਿ ਗਲਤ ਹੈ ਸੋ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਬਨਾਮ ਕਾਂਗਰਸ ਦੋ ਤਸਵੀਰਾਂ ਦੇਖ ਰਹੇ ਹੋ ਤੁਸੀਂ ਪਹਿਲੀ ਤਸਵੀਰ ਪੰਜਾਬ ਕਾਂਗਰਸ ਅਤੇ ਦੂਜੀ ਪੰਜਾਬ ਬੀਜੇਪੀ ਤਿਰੰਗਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਕਿਹਾ ਗਿਆ ਸੀ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਹਾਲਾਂਕਿ ਪਹਿਲਾਂ ਜੈਕਾਰਾ ਜਾਂ ਕੋਸ਼ ਦਿਵਸ ਮਨਾਇਆ ਗਿਆ ਅਤੇ ਫਿਰ ਤਿਰੰਗਾ ਦੂਜੀ ਤਸਵੀਰ ਭਾਰਤੀ ਜਨਤਾ ਪਾਰਟੀ ਦੀ ਜਿਨ੍ਹਾਂ ਨੇ ਇੱਕ ਦਿਨ ਦਾ ਵਰਤ ਰੱਖਿਆ ਵਰਤ ਇਸ ਕਰਕੇ ਰੱਖਿਆ ਕਿ ਸੂਬਾ ਸਰਕਾਰ ਨੂੰ ਜੋ ਕੇਂਦਰ ਤੋਂ ਫੰਡ ਭੇਜਿਆ ਗਿਆ ਉਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਹੋ ਸਕਿਆ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਨੂੰ 1,42,00,000 ਲੋਕਾਂ ਲਈ ਭੇਜੀ ਗਈ ਕਣਕ ਤੇ ਦਾਲ ਦੀ ਵੰਡ ਨਾ ਕਰਨ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ 1 ਮਈ ਦਿਨ ਸ਼ੁੱਕਰਵਾਰ ਨੂੰ ਆਓ ਇੱਕ ਦਿਨ ਦਾ ਵਰਤ ਰੱਖੀਏ ਤਾਂ ਕਿ ਕੈਪਟਨ ਦੀ ਸਰਕਾਰ ਨੂੰ ਸਦਬੁੱਧੀ ਆਏ ਔਰ ਉਹ ਅਨਾਜ ਦਾ ਵਿਤਰਨ ਸ਼ੁਰੂ ਕਰੇ ਅਸੀਂ ਸਭ ਲੋਕ 1 ਮਈ ਨੂੰ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਆਪਣੇ ਆਪਣੇ ਘਰ 'ਚ ਆਪਣੇ ਆਪਣੇ ਨਿਵਾਸ ਸਥਾਨ ਦੇ ਉੱਤੇ ਉਪਵਾਸ ਕਰਾਂਗੇ ਇਹ 1 ਟਾਈਮ ਦਾ ਭੋਜਨ ਉਪਵਾਸ ਇਹ ਆਵਾਜ਼ ਹੈ ਸਾਡੀ ਗਰੀਬਾਂ ਦੇ ਨਾਲ ਕਿ ਇਹ ਗੂੰਗੀ ਬੈਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਉਹਨਾਂ ਗਰੀਬਾਂ ਨੂੰ ਜਿਨ੍ਹਾਂ ਦੇ ਵਾਸਤੇ ਨਰਿੰਦਰ ਮੋਦੀ ਜੀ ਨੇ 1,41,00,000 ਪੰਜਾਬ ਦੇ ਉਹਨਾਂ ਗਰੀਬਾਂ ਵਾਸਤੇ ਜਿਹੜਾ ਅਨਾਜ ਭੇਜਿਆ ਉਹਨੂੰ ਤੁਰੰਤ ਵੰਡਣ ਪਠਾਨਕੋਟ ਤੋਂ ਸਾਡੇ ਪੱਤਰਕਾਰ ਅਜੇ ਸਾਡੇ ਨਾਲ ਜੁੜਨਗੇ ਸੋ ਅਜੇ ਤੁਹਾਡੇ ਨਾਲ ਅਸ਼ਵਨੀ ਜੀ ਨੇ ਕੀ ਗੱਲਬਾਤ ਹੋ ਰਹੀ ਹੈ ਇਸ ਮਸਲੇ 'ਤੇ ਜਿਸ ਤਰ੍ਹਾਂ ਦੇ ਨਾਲ ਭਾਰਤੀ ਜਨਤਾ ਪਾਰਟੀ 1 ਦਿਨ ਤਾਂ ਵਰਤ ਰੱਖ ਰਹੀ ਹੈ ਅਤੇ ਪੰਜਾਬ ਕਾਂਗਰਸ ਤਿਰੰਗਾ ਲਹਿਰਾਉਣ ਦਾ ਜ਼ਿਕਰ ਕਰ ਰਹੀ ਹੈ ਭਾਜਪਾ ਦੇ ਪ੍ਰਦੇਸ਼ ਅਧਿਕਸ਼ ਅਸ਼ਵਨੀ ਸ਼ਰਮਾ ਮੇਰੇ ਨਾਲ ਇਸ ਵੇਲੇ ਮੌਜੂਦ ਹੈਗੇ ਨੇ ਉਹਨਾਂ ਤੋਂ ਜਾਣ ਲੈਂਦੇ ਹੈਗੇ ਕਿ ਭਾਜਪਾ ਦੀ ਸਟ੍ਰੈਟਜੀ ਕੀ ਹੈਗੀ ਹੈ ਭਾਜਪਾ ਆਪਣੀਆਂ ਕਿਹੜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਸਰਕਾਰ ਦੇ ਵਿਰੋਧ 'ਚ ਜਨਤਾ ਦੇ ਅੱਗੇ ਰੱਖਣਾ ਚਾਹੁੰਦੀ ਹੈਗੀ ਹੈ ਅਸ਼ਵਨੀ ਸ਼ਰਮਾ ਜੀ ਮੇਰੇ ਨਾਲ ਮੌਜੂਦ ਹੈਗੇ ਨੇ ਅਸ਼ਵਨੀ ਜੀ ਕੀ ਸਟ੍ਰੈਟਜੀ ਹੈਗੀ ਹੈ ਬੀਜੇਪੀ ਦੀ ਜਦਕਿ ਪੰਜਾਬ ਸਰਕਾਰ ਕਹਿ ਰਹੀ ਹੈਗੀ ਹੈ ਅਸੀਂ ਘਰ ਘਰ ਰਾਸ਼ਨ ਪਹੁੰਚਾਇਆ ਹੈਗਾ ਜੈਸਾ ਕਿ ਅੱਜ ਪੂਰੇ ਪੰਜਾਬ ਦੇ ਅੰਦਰ ਭਾਰਤੀ ਜਨਤਾ ਪਾਰਟੀ ਨੇ ਆਹਵਾਨ ਕੀਤਾ ਕਿ 1 ਦਿਨ ਦਾ ਉਪਵਾਸ ਰੱਖਿਆ ਜਾਏ ਔਰ ਮੈਂ ਵੀ ਅੱਜ ਤੁਹਾਡੇ ਸਾਹਮਣੇ ਉਪਵਾਸ ਤੇ ਬੈਠ ਗਿਆ ਔਰ ਇਹਦੇ ਪਿੱਛੇ ਕਾਰਨ ਇਹ ਹੈ ਕਿ ਜਿਹੜੀ ਕੋਰੋਨਾ ਦੀ ਮਹਾਮਾਰੀ ਦੇ ਅੰਦਰ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਗਰੀਬਾਂ ਦੇ ਲਈ 1,42,00,000 ਲੋਕਾਂ ਦੇ ਲਈ ਜਿਹੜਾ ਅਨਾਜ ਆਇਆ ਹੈ ਸਰਕਾਰ ਨੇ ਅੱਗੇ ਤੱਕ ਉਹਦਾ ਵਿਤਰਣ ਨਹੀਂ ਕੀਤਾ ਔਰ ਕਿਉਂਕਿ ਕੋਰੋਨਾ ਦੀ ਮਹਾਮਾਰੀ ਸਮੂਹਿਕਤਾ ਦੇ ਆਧਾਰ ਤੇ ਲੜੀ ਜਾਣੀ ਚਾਹੀਦੀ ਹੈ ਔਰ ਇਹਦੇ ਅੰਦਰ ਕੋਈ ਰਾਜਨੀਤੀ ਦਾ ਵਿਸ਼ੇ ਨਹੀਂ ਹੈ ਲੇਕਿਨ ਸਰਕਾਰ ਸ਼ੁੱਧ ਰਾਜਨੀਤੀ ਕਰ ਰਹੀ ਹੈ ਆਪਣੀ ਜ਼ਿੰਮੇਵਾਰੀ ਤੋਂ ਦੌੜ ਰਹੀ ਹੈ ਜਿਹੜਾ ਇਹਨਾਂ ਨੇ ਅਮਰਿੰਦਰ ਸਿੰਘ ਜੀ ਦੀਆਂ ਫੋਟੋਆਂ ਲਗਾ ਕੇ ਕਿੱਟਾਂ ਵੰਡੀਆਂ ਹੈ ਉਹ ਪ੍ਰਸ਼ਾਸਨ ਦੁਆਰਾ ਨਹੀਂ ਵੰਡੋਈਆਂ ਕਾਂਗਰਸ ਦੇ ਹਾਰੇ ਜਿੱਤੇ ਜਿਹੜੇ NCC ਜਾਂ ਜਿਹੜੇ ਉਹਨਾਂ ਦੇ ਚਿੜਕੂ ਹੋਏ ਨੇਤਾ ਸੀ ਉਹਨਾਂ ਦੇ ਘਰ ਦੇ ਅੰਦਰ ਉਹ ਕਿੱਟਾਂ ਆਉਂਦੀਆਂ ਔਰ ਉਹ ਆਪਣੀ ਮਨ ਮਰਜ਼ੀ ਦੇ ਨਾਲ ਜਿਹੜਾ ਉਹਨਾਂ ਨੇ ਉਹਦਾ ਉਹਨੂੰ ਵੰਡਿਆ ਹੈਗਾ ਔਰ ਇਹਦੇ ਨਾਲ ਪੂਰੇ ਜਿਹੜੇ ਗਰੀਬ ਲੋਕ ਨੇ ਉਹ ਤਰਾਹੀਮਾਮ ਕਰ ਰਹੇ ਨੇ ਅੱਜ ਦਾ ਇਹ ਜਿਹੜਾ ਉਪਵਾਸ ਹੈ ਇਸ ਕਰਕੇ ਅਸੀਂ ਰੱਖਿਆ ਹੈ ਕਿ
ਜਿਹੜੀ ਅਮਰਿੰਦਰ ਦੀ ਸੁੱਤੀ ਹੋਈ ਸਰਕਾਰ ਆ ਉਹਦੇ ਕੰਨਾਂ ਤੱਕ ਆਵਾਜ਼ ਜਾਏ। ਅਜੇ ਕੀ ਲੱਗਦਾ ਭਾਰਤੀ ਜਨਤਾ ਪਾਰਟੀ ਜਿਸ ਤਰ੍ਹਾਂ ਨਾਲ ਇੱਕ ਦਿਨ ਦਾ ਵਰਤ ਰੱਖ ਰਹੀ ਹੈ, ਅਸ਼ਵਨੀ ਜੀ ਨੂੰ ਸਵਾਲ ਪੁੱਛੋ ਕਿ ਜਿਸ ਤਰ੍ਹਾਂ ਨਾਲ ਤੁਸੀਂ ਮੰਗ ਕਰ ਰਹੇ ਹੋ ਕਿ ਜੋ ਫੰਡ ਭੇਜਿਆ ਗਿਆ, ਜੋ ਅਨਾਜ ਭੇਜਿਆ ਗਿਆ, ਉਸ ਦੀ ਵਰਤੋਂ ਨਹੀਂ ਹੋ ਸਕੀ, ਕੀ ਇਸ ਨਾਲ ਕੋਈ ਫਰਕ ਪਊਗਾ? ਪੰਜਾਬ ਦੇ ਕਾਂਗਰਸੀ ਬੀਜੇਪੀ ਦੇ ਲੀਡਰਾਂ ਦੀ ਗੱਲ ਮੰਨ ਲੈਣਗੇ ਲੱਗਦਾ ਇਹਨਾਂ ਨੂੰ? ਬਿਲਕੁਲ ਅਸ਼ਵਨੀ ਜੀ, ਕੀ ਤੁਹਾਨੂੰ ਲੱਗਦਾ ਹੈਗਾ ਕਿ ਜੋ ਇੱਕ ਦਿਨ ਦਾ ਤੁਸੀਂ ਉਪਵਾਸ ਰੱਖਿਆ ਹੈਗਾ, ਤੁਸੀਂ ਆਰੋਪ ਲਗਾ ਰਹੇ ਹੈਗੇ ਕਿ ਰਾਸ਼ਨ ਨਹੀਂ ਵੰਡਿਆ ਗਿਆ ਹੈਗਾ, ਕਿ ਸਰਕਾਰ ਇਸ ਨਾਲ ਸਹਿਮਤ ਹੋਏਗੀ ਕਿ ਸਰਕਾਰ ਜਿਹੜਾ ਹੈਗਾ ਤੁਹਾਡੇ ਵਿਰੋਧ ਦਾ ਕੋਈ ਅਸਰ ਸਰਕਾਰ ਦੇ ਉੱਤੇ ਹੋਵੇਗਾ? ਸਰਕਾਰ ਨੂੰ ਸਦਬੁੱਧੀ ਆਏ, ਇਸੇ ਕਰਕੇ ਮਹਾਤਮਾ ਗਾਂਧੀ ਜੀ ਦਾ ਇਹ ਮਾਰਗ ਜਿਹੜਾ ਭਾਰਤੀ ਜਨਤਾ ਪਾਰਟੀ ਨੇ ਪੰਜਾਬ 'ਚ ਅਖਤਿਆਰ ਕੀਤਾ, ਔਰ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਸਦਬੁੱਧੀ ਆਉਣੀ ਚਾਹੀਦੀ ਹੈ, ਔਰ ਜਿਹੜੀ ਅੰਤਿਮ ਵਿਅਕਤੀ ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਜਿਹੜਾ ਆਹਵਾਨ ਕੀਤਾ ਕਿ ਕੋਈ ਵੀ ਵਿਅਕਤੀ ਭੁੱਖਾ ਨਹੀਂ ਹੋਣਾ ਚਾਹੀਦਾ, ਉਹਦੇ ਅੰਦਰ ਇਹ ਮਹੱਤਵਪੂਰਨ ਭੂਮਿਕਾ ਅਦਾ ਕਰ ਸਕਦਾ ਹੈ ਇਹ ਅਨਾਜ ਵਿਤਰਨ, ਔਰ ਸਰਕਾਰ ਇਹ ਅਨਾਜ ਵਿਤਰਨ ਕਰੇ, ਇਸੇ ਕਰਕੇ ਅੱਜ ਅਸੀਂ ਉਪਵਾਸ ਤੇ ਬੈਠੇ। ਲੇਕਿਨ ਅਸ਼ਵਨੀ ਜੀ ਇੱਕ ਗੱਲ, ਸੋ ਪੰਜਾਬ ਕਾਂਗਰਸ ਵਰਸਿਸ ਬੀਜੇਪੀ ਜਿਸ ਤਰ੍ਹਾਂ ਨਾਲ ਇੱਕ ਦਿਨ ਦਾ ਵਰਤ ਰੱਖਿਆ ਜਾ ਰਿਹਾ, ਅਸ਼ਵਨੀ ਸ਼ਰਮਾ ਕਹਿੰਦੇ ਨੇ ਕਿ ਮਹਾਤਮਾ ਗਾਂਧੀ ਦੇ ਰਾਹ 'ਤੇ ਅਸੀਂ ਚੱਲੇ ਹਾਂ, ਜਿਸ ਤਰ੍ਹਾਂ ਨਾਲ ਵਰਤ ਰੱਖ ਕੇ ਕੈਪਟਨ ਸਰਕਾਰ ਨੂੰ ਜਗਾਵਾਂਗੇ, ਕੈਪਟਨ ਸਰਕਾਰ ਨੂੰ ਸਮਰਥ ਬਖਸ਼ੇ, ਇਸ ਤਰ੍ਹਾਂ ਦਾ ਉਹਨਾਂ ਨੇ ਬੋਲ ਬੋਲਿਆ। ਸੋ ਬੀਜੇਪੀ ਇੱਕ ਪਾਸੇ ਵਰਤ ਰੱਖ ਰਹੀ ਹੈ, ਸੋ ਦੂਜੇ ਪਾਸੇ ਤਿਰੰਗਾ ਲਹਿਰਾਉਣ ਦਾ ਜ਼ਿਕਰ ਹੋ ਰਿਹਾ। ਨੀਤਿਕਾ ਸਾਡੇ ਪੱਤਰਕਾਰ ਚੰਡੀਗੜ੍ਹ ਤੋਂ ਲਾਈਵ ਜੁੜਨਗੇ, ਜਿਨ੍ਹਾਂ ਨਾਲ ਸਿਹਤ ਮੰਤਰੀ ਬਲਵੀਰ ਸਿੱਧੂ ਹੋਣਗੇ। ਨੀਤਿਕਾ, ਇੱਕ ਪਾਸੇ ਵਰਤ ਰੱਖੇ ਜਾ ਰਹੇ ਨੇ, ਦੂਜੇ ਪਾਸੇ ਤਿਰੰਗੇ ਲਹਿਰਾਏ ਜਾ ਰਹੇ ਨੇ, ਲੋਕਾਂ ਦਾ ਭਲਾ ਹੋਇਆ? ਬਿਲਕੁਲ ਕਿਸ਼ਨ, ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹੈ ਮੋਹਾਲੀ ਦੀਆਂ, ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਲਵੀਰ ਸਿੱਧੂ ਜੀ ਵੀ ਪਹੁੰਚੇ ਨੇ ਤੇ ਤਿਰੰਗਾ ਫਹਿਰਾ ਰਹੇ ਨੇ, ਤੇ ਇਹੀ ਆਹਵਾਨ ਜਿਹੜਾ ਹੈ ਉਹ ਪੰਜਾਬ ਦੇ ਜਿਹੜੇ ਕਾਂਗਰਸ ਅਧਿਆਕਸ਼ ਨੇ ਉਹਨਾਂ ਨੇ ਦਿੱਤਾ ਸੀ ਸੁਨੀਲ ਜਾਖੜ ਜੀ ਨੇ, ਕਿ ਕੇਂਦਰ ਤੇ ਬਾਰ ਬਾਰ ਆਰੋਪ ਲਗਾਏ ਜਾ ਰਹੇ ਨੇ ਕਿ ਵਿਤਕਰਾ ਜਿਹੜਾ ਹੈ ਉਹ ਕੇਂਦਰ ਨਾਲ ਕੀਤਾ ਜਾ ਰਿਹਾ ਹੈ, ਤੇ ਅਸੀਂ ਵੀ ਇੱਕ ਇੱਕ ਕਰਕੇ ਜਿਹੜੇ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਇੱਕ ਡਿਸਟੈਂਸ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਥੇ ਵੀ ਤੁਸੀਂ ਦੇਖੋਗੇ ਜਿਹੜੇ ਕਾਂਗਰਸ ਦੇ ਚਾਹੇ ਆਗੂ ਹੋਣ ਜਾਂ ਫਿਰ ਕਾਂਗਰਸ ਦੇ ਜਿਹੜੇ ਸਮਰਥਕ ਹੋਣ, ਉਹ ਜਿਹੜੇ ਪਹੁੰਚੇ ਹੋਏ ਨੇ ਉਹਨਾਂ ਨੇ ਵੀ ਪੂਰਾ ਡਿਸਟੈਂਸ ਜਿਹੜਾ ਮੇਨਟੇਨ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ, ਤੇ ਗੱਲਬਾਤ ਵੀ ਕਰਦੇ ਹਾਂ ਔਰ ਜਾਣਦੇ ਵੀ ਹਾਂ ਕਿ ਆਖਿਰ ਕਿਸ ਤਰ੍ਹਾਂ ਦੇਖਦੇ ਨੇ, ਕਿਉਂ ਬਾਰ ਬਾਰ ਕਿਹਾ ਜਾ ਰਿਹਾ ਕਿ ਸਾਡੇ ਨਾਲ ਜਿਹੜਾ ਵਿਤਕਰਾ ਕੀਤਾ ਜਾ ਰਿਹਾ ਹੈ, ਸਰ ਕੀ ਕਾਰਨ ਹੈ ਤੁਹਾਨੂੰ ਲੱਗਦਾ ਹੈ ਕਿ ਵਿਤਕਰਾ ਕੀਤਾ? GST ਸਾਡਾ ਜਿਹੜਾ ਸੈਂਟਰ ਸਰਕਾਰ ਨੂੰ ਦੇਣਾ ਬਣਦਾ ਉਹ ਨਹੀਂ ਦਿੱਤਾ ਜਾ ਰਿਹਾ, ਸਪੈਸ਼ਲ ਪੈਕੇਜ ਨਹੀਂ ਦਿੱਤਾ ਜਾ ਰਿਹਾ। ਅਸੀਂ ਸਰਹੱਦੀ ਸੂਬਾ ਹੈ, ਪੰਜਾਬ ਦੀਆਂ ਬਹੁਤ ਵੱਡੀਆਂ ਕੁਰਬਾਨੀਆਂ ਨੇ ਦੇਸ਼ ਵਾਸਤੇ, ਅੱਜ ਅਸੀਂ ਨੈਸ਼ਨਲ ਫਲੈਗ ਲੈ ਕੇ ਇਸੇ ਕਰਕੇ ਜਿਹੜਾ ਵਾ ਆਏ ਹਾਂ ਸੜਕਾਂ ਦੇ ਉੱਤੇ, ਵੀ ਸਾਨੂੰ ਜਿਹੜਾ ਅਸੀਂ ਦੇਸ਼ ਦਾ ਹਿੱਸਾ ਹੈ, ਪੰਜਾਬ ਸਰਹੱਦੀ ਸੂਬਾ, ਅੱਜ ਵੀ ਪੰਜਾਬ ਕਣਕ ਜਿਹੜੀ ਹੈ ਵੱਧ ਸਭ ਤੋਂ ਵੱਧ ਪੈਦਾਵਾਰ ਕਰਕੇ ਦੇਸ਼ ਦੇ ਲੋਕਾਂ ਦਾ ਅੰਨ ਭੰਡਾਰ ਭਰ ਰਿਹਾ ਹੈ, ਇਸ ਕਰਕੇ ਤੁਰੰਤ ਸਰਕਾਰ ਜਿਹੜੀ ਹੈ ਸਾਨੂੰ ਰਿਲੀਫ ਦੇਵੇ, ਤਾਂ ਕਿ ਅਸੀਂ ਜਿਹੜੀ ਮਹਾਂਮਾਰੀ ਹੈ ਇਹਦਾ ਇਹਦੇ ਵਾਸਤੇ ਸਰਕਾਰ, ਅੱਜ ਵਪਾਰ ਬੰਦ ਆ, ਅੱਜ ਸਾਰੇ ਇੰਡਸਟਰੀ ਬੰਦ ਆ, ਇਸ ਕਰਕੇ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਾਡੇ ਲੋਕਾਂ ਦਾ, ਸਾਨੂੰ ਸੈਂਟਰ ਗਵਰਨਮੈਂਟ ਨੇ ਬਾਂਹ ਫੜੇ, ਇਸ ਲਈ ਸੜਕਾਂ 'ਤੇ ਅਸੀਂ ਆਏ ਹਾਂ, ਇਸ ਇਹ ਜਿਹੜਾ ਤਾਂ ਕਿ ਤੁਰੰਤ ਆਪਣੀ ਆਵਾਜ਼ ਜਿਹੜੀ ਸਾਡੀ ਸੈਂਟਰ ਸਰਕਾਰ ਤੱਕ ਪਹੁੰਚ ਸਕੇ। ਇਹ ਤੁਹਾਨੂੰ ਮੋਹਾਲੀ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਕਿਸ਼ਨ, ਤੁਸੀਂ ਦੇਖ ਸਕਦੇ ਹੋ ਕਿ ਮੋਹਾਲੀ ਦੇ ਵਿੱਚ ਇਹ ਸਭ ਇਕੱਠੇ ਹੋਏ ਨੇ, ਅਤੇ ਨਾਲ ਹੀ ਕੀ ਕਹਿਣਾ ਚਾਹੁੰਦੇ? 4400 ਕਰੋੜ ਰੁਪਏ ਦਾ ਪੁਰਾਣਾ, ਬਾਕੀ ਜਿਹੜਾ ਕਰੰਟ ਦਾ ਉਹ ਹੈਗਾ, ਪਲੱਸ ਅਸੀਂ 25,000 ਕਰੋੜ ਦਾ ਪੈਕੇਜ ਮੰਗਿਆ ਕਿ ਸਾਡੇ ਸੂਬੇ ਦੇ ਉੱਤੇ ਮਹਾਂਮਾਰੀ ਪਈ ਆ, ਹਿੰਦੁਸਤਾਨ ਸਾਰਿਆਂ ਨੂੰ ਅੱਜ ਜੇ ਕੋਈ ਫੂਡ ਦੇ ਰਿਹਾ ਤਾਂ ਉਹ ਪੰਜਾਬ ਦੇ ਰਿਹਾ। ਬਲਬੀਰ ਸਿੱਧੂ ਜੀ, ਅੱਜ ਜਿਹੜੀ ਇਹ ਤਿਰੰਗਾ ਫਹਿਰਾਇਆ ਜਾ ਰਿਹਾ, ਆਹਵਾਨ ਜਿਹੜਾ ਦਿੱਤਾ ਸੀ ਪੰਜਾਬ ਕਾਂਗਰਸ ਨੇ, ਕਿਵੇਂ ਦੇਖਦੇ ਹੋ ਅੱਜ? ਦੇਖੋ ਮੈਡਮ, ਅਸੀਂ ਇਸ ਲਈ ਅੱਜ ਇਹ ਕਰ ਰਹੇ ਹਾਂ ਕਿ ਸਾਡੇ ਨਾਲ ਇੱਕ ਇਹੋ ਜਿਹਾ ਸਲੂਕ ਕੀਤਾ ਜਾ ਰਿਹਾ ਜਿਸ ਤਰ੍ਹਾਂ ਅਸੀਂ ਕੋਈ ਸਾਡਾ ਸੂਬਾ ਹਿੰਦੁਸਤਾਨ ਦਾ ਪਾਰਟ ਨਾ ਹੋਵੇ, ਔਰ ਅਸੀਂ ਕੋਈ ਉਹਨਾਂ ਕੋਲੋਂ ਭੀਖ ਨਹੀਂ ਮੰਗ ਰਹੇ, ਅਸੀਂ ਉਹਨਾਂ ਕੋਲੋਂ ਆਪਣਾ ਜਿਹੜਾ ਹੱਕ ਮੰਗ ਰਹੇ ਹਾਂ, ਵੀ ਜਿਹੜੇ ਸਾਡੇ ਏਰੀਅਰ ਨੇ, ਸਾਡੇ ਏਰੀਅਰ ਨੂੰ ਰੋਕਿਆ ਗਿਆ, ਜਾਂ ਸਾਡੀ ਜਿਹੜੀ ਮਦਦ ਕਰਨ ਦੀ ਬਜਾਏ ਸਾਡਾ ਆਪਣਾ ਪੈਸਾ ਨਹੀਂ ਦੇ ਰਹੇ, ਅਤੇ ਸਾਨੂੰ ਸਾਡਾ ਪੈਸਾ ਦਿੱਤਾ ਜਾਵੇ, ਪਲੱਸ ਜਿਹੜਾ 25,000 ਕਰੋੜ ਦਾ ਪੈਕੇਜ ਜਿਹੜਾ ਅੱਜ ਸਾਨੂੰ ਦੇਣ ਦਾ ਸਰਕਾਰ ਦਾ ਫਰਜ਼ ਬਣਦਾ, ਜੇ ਪੰਜਾਬ 55% ਫੂਡ ਪੂਲ 'ਚ ਕੰਟਰੀਬਿਊਟ ਕਰਦਾ ਹੈ ਤਾਂ ਉਹਦਾ ਕੋਈ ਮੁੱਲ ਪਾਉਣਾ ਚਾਹੀਦਾ, ਅਤੇ ਅੱਜ ਅਸੀਂ ਬੜਾ ਇਸ ਗੱਲ ਦੀ, ਪਹਿਲੀ ਗੱਲ ਤਾਂ ਸਾਡੇ ਜਿਹੜੇ ਪਹਿਲਾਂ ਵਾਲੇ ਭਾਈ ਸਾਹਿਬ ਇੱਥੇ ਗਏ ਨੇ ਸਰਕਾਰਾਂ ਵਾਲੇ, ਉਹ 2.5 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਏ,
और 31,000 करोड़ रुपया लास्ट दिन होर साढ़े ते जमा कर गए ते लेकिन हुण सेंटर सरकार ने GST लागू करता सी उहनू उदो वेलकम किया पर सानू कोई पता साडा GST च शुरू किया जाऊगा अज साडे जिन्ने आमदन के स्रोत सीगे वो सारे तकरीबन आलमोस्ट बंद ने पिछले डेढ़ दो महीने तो असीं महामारी नाल लड़ रहे हैं जे सानू साडे पैसे हुण नहीं मिलने तो कदों मिलणगे जे एक वर्कर नूं असीं तकरीबन जिहड़े लोकां ने फैक्ट्रियां ने अपने वर्करां नूं भी तनखा देती चाहे कित्थों मर्जी लग देती पर असीं तां अपना राइट मंगदे हां ना उपवास रख रही है कि जदों प्रकाश सिंह बादल का बेटा सुखबीर सिंह बादल उन्होंने डॉटर इन ला हरसिमरत बादल डॉक्टर मनमोहन सिंह की सरकार सी और प्लैनिंग का जिहड़ा बढ़ा के लगा सी प्रपोजल वो 5,000 करोड़ की सी उन्हें 5,100 करोड़ रुपया दिता। सेहत मंत्री बलबीर सिद्धू तिरंगे लहरा रहे ने नाल काफ़ी लोग ने कितना कितने घर रहना चाहिए पर रोस है वह प्रगट किया जा रहा एक पास भारतीय जनता पार्टी वर्त रख रही है तपिन साढ़े पत्रकार चंडीगढ़ तो साढ़े नाल जुड़नगे जिन्हां नाल तृप्त रजिंदर बाजवा पंचायत मंत्री होंगे जी तपिन जी बिल्कुल कृष्ण इस वक्त अगर देखा जाए कोरोना वायरस ने पूरी दुनिया बदलती सब कुछ बदलाव इन्ने हो गए भावें बच्चों की पढ़ाई तो लैके विआह शादियां सब कुछ बदलाव हो गया लेकिन हुण जिहड़ा रोस प्रकट जिहड़ा कि विरोधियों वल्लों कीता जांदा उहदे विच भी बिल्कुल बदलाव आ चुका है पहले विरोध प्रदर्शन हुंदे सी रैलियां कीतियां जांदियां सीगियां ते होर तरह के सड़कां ते उतर के रोस प्रकट कीते जांदे सीगे CM हाउस घेरिया जांदा सी जां फिर पंजाब कांग्रेस वल्लों इह कहा जांदा सीगा कि मोदी दा जिहड़ा हैगा उह आवाज़ घेरिया जाऊगा लेकिन हुण घरां दे विच अज BJP उपवास रख रही है पंजाब सरकार दे खिलाफ पंजाब सरकार मोदी दे खिलाफ जिहड़ा हैगा उह झंडे फहरा रही है। बाजवा साहब की देखते हो बिल्कुल बदलाव हो गया हुण झंडे नाल तुहानू लगता है कि रुपया जिहड़ा वापस मिल जूगा पंजाब नूं जिहड़ियां मंगां हैगियां पूरियां हो जाणगियां। ये झंडा नहीं ये नैशनल फ्लैग है असीं ये साबित करना चाहुंदे आ मोदी साहब असीं भी नेशन का हिस्सा वा असीं कोई कांग्रेस का झंडा नहीं फैला रहे असीं नैशनल फ्लैग फैला रहे हैं असीं हिंदुस्तान दे विचों आ मोदी साहब करोना ने साडा पंजाब दा तू कर दिता गवर्नमेंट खलो गई आ CM साहब ने दो चिट्ठियां तीन चिट्ठियां लिखिया भी सानू 20,000 करोड़ का स्पैशल पैकेज दिओ ते 4,000 करोड़ का जिहड़ा साडा GST बनता जो पिछला बनता उ ही दे दिओ। सो असी उन्हां नू जगाउण लई अपना रोस प्रकट कर रहे भी सानू हिंदुस्तान का हिस्सा समझदे पंजाबियों नू पंजाब नू ते साडे ते कृपा करो मेर दी नज़र रखो ता जो पंजाब हर फ्रंट ते अगे आ जे लड़ाइयां होईयां ते पंजाब अगे आ जे कणक पैदा करनी पंजाब अगे आ अन्न भंडार पंजाब अगे आ। सो पंजाब लई स्पैशल पैकेज चाहिए असी बार्डर स्टेट हाँ साडा हर वारी नुकसान हुंदा रब ना करे जे अगों भी कदे लड़ाई लगी ते साडा नुकसान सब तो पहला ते बाजवा साहब तुहाडी गल बिल्कुल ठीक है रोस प्रकट करन दा चंगा यही एक उपाय बचिया होर कुछ है भी नहीं ते खिलाफ भी जिहड़ा है आम आदमी पार्टी मैं हूं मनजीत सिंह उन्हां दा आरोप है पहले कैप्टन अमरिंदर सिंह वल्लों कहा गया सीगा कि 50 लाख रुपया दिता जाऊगा लेकिन अपनी गल तो मुकर गए ते वह हुण 10 लाख रुपया दे रहे ने ते BJP जिहड़ी हैगी है अज वो वर्त रख रही उपवास रख रही है कि राशन जिहड़ा लोकां नहीं पहुंच रहे लोग भुखे ने असीं भी भुखे हाँ फिर वह भी ठीक है वह भी वाजब है उन्हां दा बिल्कुल BJP भुखी नहीं हैगी BJP कोल तां मेरा ख्याल पता ही नहीं किन्ने करोड़ां दा समान हैगा वा हर घर च समान पहुँच रहा वा एक सिर्फ प्रोटेस्ट करना चाहते ने हर गरीब को समान पहुँच रहा वा ये गलत है उन्होंने गल जो आम पार्टी कह रही है कैप्टन साहब ने आख्या भी जो करोना की वजह करके मरेगा उन्होंने 50 लाख रुपया था जो करोना की बीमारी ने मरेगा हाँ वो ड्राइवर ड्यूटी से मरिया वा वो मुताबिक CM साहब शायद इस बारे रिव्यू कर लेंगे पर जो बनता हिस्सा से 10 लाख रुपया ਉਹਨ ਦਿੱਤਾ ਵਾ ਤੇ ਜਿਹੜਾ ਆਮ ਵੈਸੇ ਹੀ ਕਾਨੂੰਨ ਹੈ ਵੀ ਜਿਹੜਾ ਮੁਲਾਜ਼ਮ ਮਰੇਗਾ ਉਹਦੇ ਬੱਚੇ ਨੂੰ ਨੌਕਰੀ ਦੇਣੀ ਲੇਕਿਨ ਉਹ ਤਾਂ ਉਸ ਵਕਤ ਯੋਧਾ ਬਣਿਆ ਹੋਇਆ ਸੀਗਾ ਕਿ ਕਿੰਨੀਆਂ ਸੰਗਤਾਂ ਨੂੰ ਉੱਥੋਂ ਲਿਆ ਰਿਹਾ ਸੀਗਾ
मानते जरूरी कोरोना पॉजिटिव होना चाहिए ही 50 लाख लेकिन तो जी बीमारी तो दुनिया भजती पी है उन्होंने जो लिया के इतने पंजाब उन्होंने सुरक्षित घर पहुंचा रहा है जो हजूर साहब तो लिया रहे कोई कोरोना वाले नहीं सिया रहे वह पंजाबियों लैन गए ड्यूटी जी कि भी लग सकती है उदो नहीं पता भी इन्होंने बंद बेचारे कोरोना हैगा वा उदो तो सिर्फ एक पंजाबियों यात्राओं लैन गए सो फसे हुए सन तो किसी ड्राइवर की ड्यूटी लग सकती है माड़ी गल हुई है राह चाहिए हार्ट अटैक हो गया तो डैथ हो गई माड़ी गल हुई है पर सरकार ने उन्होंने 10 लाख दिता है बच्चे नौकरी जी देनी देनी है बाकी सीएम साहब फिर सोच रहे भी यह मुआवजा वधाना कि नहीं वधाना लेकिन बाजवा साहब इस वक्त सियासीकरण हो रहा तुम कहो असी नहीं कर रहे असी तो झंडा फहरा रहे थे बाद उन्होंने ऐलान किया अपना लेकिन कितने ना कितने सियासीकरण इस वक्त हो रहा इस दुख की घड़ी के बाकी मुल्क सारे एक होके जिहड़ा इस नाल जूझते पे ने लड़ते पे ने असी इतने कितने ना कितने सियासत जरूर बिल्कुल ही सियासत कर रहे असी भी उन्होंने कह रहे असी भी एक मुल्क दे नाल एक ही आ ते दस रहे नेशनल फ्लैग अच्छा तब भी बाजवा साहब नूं सवाल पूछो कि बाजवा साहब जथेदार श्री अकाल तख्त साहब ज्ञानी हरप्रीत सिंह का वड्डा बयान आया उन्होंने कहा कि जो संगत है उहदा 3 वार टेस्ट हो चुके है नंदेड़ साहब दे विच हजूर साहब दे विच पर बिल्कुल टेस्ट हो चुके है नंदेड़ साहब दे विच ज्ञानी हरप्रीत सिंह ने कहा है कि वर्त उन्होंने जिहड़ा उत्थे हैगा उन्होंने टेस्ट होए सी 3 ਉਹ ਬਿਲਕੁਲ ਠੀਕ ਸੀਗੇ ਜਿੰਨੇ ਵੀ ਸੀਗੇ ਸ਼ਰਧਾਲੂ ਫਿਰ ਬੱਸ ਦੇ ਵਿੱਚ ਆ ਕੇ ਐਸਾ ਕੀ ਹੋਇਆ ਕਿ ਜਦੋਂ ਪੰਜਾਬ 'ਚ ਪਹੁੰਚਦੇ ਆ ਪਿਛਲੇ 1.5 ਮਹੀਨੇ ਤੋਂ ਉੱਥੇ ਰਹਿ ਰਹੇ ਸੀਗੇ ਪੰਜਾਬ 'ਚ ਬੱਸਾਂ 'ਚ ਆ ਕੇ ਐਸਾ ਕੀ ਹੋ ਗਿਆ ਕਿ ਉਹਨਾਂ ਨੂੰ ਕੋਰੋਨਾ ਵਾਇਰਸ ਦਾ ਇੰਨਾ ਜਿਹੜਾ ਹੈਗਾ ਇਸ ਵਕਤ ਕਹਿਰ ਮੱਚ ਗਿਆ ਪੰਜਾਬ ਦੇ ਵਿੱਚ ਦੇਖੋ ਇਹ ਗੱਲਾਂ ਨੇ ਪਿੱਛੋਂ ਇਨਕੁਆਇਰੀ ਕਰਨ ਦੀਆਂ ਵੀ ਕੀ ਗੱਲ ਹੋਈ ਹਜੇ ਤਾਂ ਉਹਨਾਂ ਸਾਡੇ ਪੰਜਾਬੀ ਭਰਾ ਨੇ ਲਿਆਉਂਦੇ ਨੇ ਸਾਡੀ ਡਿਊਟੀ ਬਣਦੀ ਸੀ ਉਹਨਾਂ ਲਿਆਉਣਾ ਕੋਈ ਅਸੀਂ ਆਸਾਨ ਨਹੀਂ ਕੀਤਾ ਆਏ ਨੇ ਸਿਰ ਮੱਥੇ ਉਹਨਾਂ ਨੂੰ ਸਾਂਭਣਾ ਉਹਨਾਂ ਦਾ ਇਲਾਜ ਕਰਨਾ ਸਾਡਾ ਫਰਜ਼ ਹੈ ਉਹ ਕਰਦੇ ਪਏ ਆ ਕਰੋਨਾ ਰਾਹ 'ਚ ਕਿ ਹੋਇਆ ਜਾਂ ਕਿਤੇ ਉਹਨਾਂ ਲੰਗਰ ਛਕਿਆ ਜਾਂ ਕਿਤੇ ਚਾਹ ਪੀਤੀ ਜਾਂ ਕਿਤੇ ਹੋ ਸਕਦਾ ਕਿਤੇ ਹੋ ਗਿਆ ਹੋਵੇ ਪਰ ਸਾਰੇ ਨਹੀਂ ਹੋਇਆ ਇਸ ਕਰਕੇ ਉਹਦੀ ਇਨਕੁਆਇਰੀ ਪਿੱਛੋਂ ਹੋਏਗੀ ਪਹਿਲੀ ਡਿਊਟੀ ਹੈ ਵੀ ਉਹਨਾਂ ਨੂੰ ਉਹਨਾਂ ਦਾ ਇਲਾਜ ਕੀਤਾ ਜਾਵੇ